کار صاحبان صاحبان پہنچے ہیں تے میرے دوست متری نے بد تو بد چل بیٹھے نے فوٹو کھچتے ہیں تے جگتار بیٹھا تے سارے میرے متر نے تے اپاں کلیگ ہاں اصل چ امن براڑ ہوراں دا جنہ دکھ میں تاں اپنی پارٹی دے وچ بھی مطلب کور کمیٹی دی میٹنگ دے وچ بھی میں امن واسطے ایک منٹ دا مون رکھ کے شروع کیتا سی اپنا کلیگ اپنا دوست سی چلو پرماتما انہاں دی آتما نوں شانتی بخشے پانا ہے رب دا سو نپندر بیٹھا ہے تے سارے متر نے تے اج اے میری اے جگہ میرے لیے کوئی نویں نہیں ہے میں ایتھے کلفی گرما گرم تو آندا رہا جی پھر بجدی من بھی بادل نہ بھی آندا رہا پھر میں تے بجدی پھر چلو چینج ہو جاتا ہے سناریو پر میں نو اس گل دا بھی پتا ہے ہن جڑا بھی اٹھ کے آؤ گا او پہن کے پھر کیونکہ انہوں نے لائیو کر رہے ہیں اس وقت سارے میڈیا دے وچ لائیو ہو رہا ہے سوشل تے بھی لائیو ہو رہا ہوگا بہت سارے چینل تے لائیو ہو رہا ہوگا دھنیواد تہاڈا سو اس طرح دیاں پریس کانفرنساں عام آدمی پارٹی اکثر کریا کرو گی ہن کیونکہ دلی دی جت تو بعد لوکاں دے وچ ایک حوصلہ بن گیا وشواس بن گیا کہ ہن سکول جتیا کرن گے ہن محلہ کلینک جتیا کرن گے ہن بجلی تے پانی جتیا کرو ہن دھرم تے نفرت دی راجنیتی نہیں جتیا سو اج میرے لیے بہت خوشی دا موقع ہے کہ عام آدمی پارٹی دے پریوار دے وچ ایک یوتھ دا پریوار جڑ رہا ہے ਗੁਰਤੇਜ ਪੰਨੂ ਜਿਹੜੇ ਕਿ ਆਪਣੇ ਬਾਰੇ ਆਪ ਦੱਸ ਦੇਣਗੇ ਸਟੂਡੈਂਟ ਲੀਡਰ ਅਤੇ ਨਾਲ ਉਹਨਾਂ ਦੇ ਬਹੁਤ ਸਾਰੇ ਸਟੂਡੈਂਟ ਨੇ ਮੈਂ ਅਸੀਂ ਬਾਹਰ ਥੋੜ੍ਹਾ ਜਿਹਾ ਕਹਿ ਤਾ ਵੀ ਇੱਥੇ ਰਸ਼ ਨਹੀਂ ਕਰਨਾ ਸਾਰਾ ਗਰੁੱਪ ਅਸੀਂ ਇੱਥੇ ਨਹੀਂ ਲੈ ਕੇ ਆਏ ਅਤੇ ਇਹ ਆਮ ਆਦਮੀ ਪਾਰਟੀ ਜੁਆਇਨ ਕਰ ਰਹੇ ਨੇ ਅਤੇ ਬੀਜੇਪੀ ਦੇ ਵਿੱਚ ਰਹੇ ਨੇ ਪਹਿਲਾਂ ਅਨੁਰਾਗ ਠਾਕਰ ਦੀ ਟੀਮ ਸੀ ਅਨੁਰਾਗ ਠਾਕਰ ਦੀ ਟੀਮ ਸੀਗੀ ਅਤੇ ਆਪਣੇ ਬਾਰੇ ਆਪ ਦੱਸ ਦੇਣਗੇ ਅਤੇ ਬੀਜੇਪੀ ਬਾਰੇ ਵੀ ਆਪ ਹੀ ਦੱਸ ਦੇਣਗੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਗੁਰਤੇਜ ਸਿੰਘ ਪੰਨੂ ਆ ਅਤੇ ਮੈਂ ਚੰਡੀਗੜ੍ਹ ਦੇ ਰਹਿਣ ਵਾਲਾ ਅਤੇ ਕਾਫੀ ਦੇਰ ਅਸੀਂ ਮਤਲਬ ਟੀਮ ਮੋਦੀ ਵਰਗੀ ਨੋਨ ਪੋਲੀਟੀਕਲ ਔਰਗਨਾਈਜੇਸ਼ਨ ਕਿਉਂਕਿ ਯੂਥ ਜਿੰਨਾ ਯੂਥ ਸਾਡੇ ਨਾਲ ਜੁੜਿਆ ਕੋਈ ਅਹੁਦਿਆਂ ਦਾ ਕੋਈ ਸਾਨੂੰ ਲਾਲਚ ਨਹੀਂ ਗਾ ਜਿੰਨਾ ਪਹਿਲਾਂ ਵੀ ਯੂਥ ਜੁੜਿਆ ਸੀ ਅਸੀਂ ਕੋਈ ਅਹੁਦਾ ਨਹੀਂ ਮੰਗਿਆ ਬੀਜੇਪੀ ਤੋਂ ਨਾ ਹੀ ਕਦੀ ਅਸੀਂ ਅੱਗੇ ਅਹੁਦਾ ਮੰਗਿਆ ਅਤੇ ਨਾ ਹੀ ਹੁਣ ਚਾਹੁੰਦੇ ਹਾਂ ਸਿਰਫ ਗੱਲ ਇੱਕ ਗੱਲ ਹੈ ਅਸੀਂ ਬਦਲਾਵ ਚਾਹੁੰਦੇ ਹਾਂ ਜਿੱਦਾਂ ਹੁਣ ਦਿੱਲੀ 'ਚ ਹੋ ਰਿਹਾ ਜੋ ਕੁਛ 42 ਬੰਦੇ ਮਾਰਤੇ ਕੱਲ੍ਹ ਮੈਂ ਨਿਊਜ਼ ਸੁਣ ਰਿਹਾ ਸੀ ਇੱਕ ਉੱਥੇ ਕੋਈ ਮਦਰ ਆਪਣੇ ਬੱਚਿਆਂ ਨੂੰ ਕਹਿ ਰਹੀ ਹੈ ਵੀ ਬੇਟਾ ਬਾਹਰ ਨਾ ਜਾਇਓ ਕਿਤੇ ਨਾ ਲੜਾਈ ਝਗੜਾ ਹੋ ਰਿਹਾ ਅੱਧੇ ਘੰਟੇ ਬਾਅਦ ਘੰਟੇ ਬਾਅਦ ਕਹਿੰਦੀ ਘਰ ਦੇ ਅੰਦਰ ਧੂੰਆਂ ਆਉਣ ਲੱਗਿਆ ਬੱਚੇ ਆ ਕੇ ਦੱਸਦੇ ਵੀ ਸਾਡਾ ਘਰ ਸਾੜ ਕੋਈ ਜਵਾਬਦਾਰੀ ਨਹੀਂ ਕਦੋਂ ਤੱਕ ਆਪਾਂ ਸਹਿੰਦੇ ਕਦੋਂ ਤੱਕ ਰਵਾਂਗੇ ਸੋ ਗੱਲ ਇਹ ਹੈ ਵੀ ਬਹੁਤ ਸਾਲ ਚੁੱਪ ਰਹਿਣ ਤੋਂ ਬਾਅਦ ਅਸੀਂ ਸੋਚਿਆ ਵੀ ਸਾਰੇ ਯੂਥ ਨੇ ਮਾਨ ਸਾਹਿਬ ਨੇ ਸਾਨੂੰ ਰਾਹ ਦਿਖਾਇਆ ਸਾਰੇ ਯੂਥ ਨੇ ਸੋਚਿਆ ਵੀ ਮਾਨ ਸਾਹਿਬ ਦੇ ਨਾਲ ਲੱਗ ਕੇ ਅਤੇ ਹੁਣ ਇਸ ਚੀਜ਼ ਨੂੰ ਬਦਲਾਵ 'ਚ ਲਿਆਵਾਂਗੇ ਔਰ ਆਉਣ ਵਾਲੇ ਟਾਈਮ 'ਚ ਦਿੱਲੀ 'ਚ ਜੋ ਕੰਮ ਕੀਤੇ ਹੈ ਦਿੱਲੀ 'ਚ ਸਕੂਲ ਐਜੂਕੇਸ਼ਨ ਦਾ ਸਿਸਟਮ ਹੈਲਥ ਸਿਸਟਮ ਆਈ ਮੀਨ ਯੂ ਗੋ ਟੂ ਐਨੀ ਲੈਵਲ ਕੰਮ ਜੇ ਦੇਖਦੇ ਹਾਂ ਇਫ ਯੂ ਰੀਅਲੀ ਵਾਂਟ ਟੂ ਸੀ ਚੇਂਜ ਅਸੀਂ ਤਾਂ ਆਪ ਜਾ ਕੇ ਦੇਖ ਕੇ ਆਏ ਹਾਂ ਇੱਥੇ ਮੇਰੇ ਨਾਲ ਜਿੰਨੇ ਵੀ ਮੁੰਡੇ ਆਏ ਹੈ ਇੱਕ ਨੂੰ ਪੁੱਛ ਕੇ ਵੇਖੋ ਵੀ ਦਿੱਲੀ 'ਚ ਜਿੰਨੇ ਚੇਂਜ ਨਾ ਦੇਖਿਓ ਔਰ ਇੱਕ ਨੂੰ ਪੁੱਛ ਕੇ ਵੇਖ ਲਓ ਵੀ ਆਮ ਆਦਮੀ ਪਾਰਟੀ ਨੂੰ ਛੱਡ ਕੇ ਕਿਸੇ ਹੋਰ ਪਾਰਟੀ ਨਾਲ ਤੁਰ ਕੇ ਰਾਜੀ ਹੋ ਸੋ ਮਾਨ ਸਾਹਿਬ ਨੇ ਸਾਨੂੰ ਰਾਹ ਦਿਖਾਇਆ ਔਰ ਅਸੀਂ ਮਾਨ ਸਾਹਿਬ ਨੂੰ ਇੱਕੋ ਗੱਲ ਕਹਾਂਗੇ ਤੁਹਾਡੀ ਸੋਚ 'ਤੇ ਪਹਿਰਾ ਦੇਵਾਂਗੇ ਠੋਕ ਕੇ ਅਤੇ ਇਸੇ ਨਾਰੇ ਨਾਲ ਅਸੀਂ ਮਾਨ ਸਾਹਿਬ ਦੇ ਨਾਲ ਪੰਜਾਬ ਲੈਵਲ 'ਤੇ ਦਿੱਲੀ 'ਚ ਚੇਂਜ ਆ ਗਈ ਹੈ ਪੰਜਾਬ ਦੀ ਵਾਰੀ ਹੈ ਪੰਜਾਬ ਲੈਵਲ 'ਚ ਇੱਕ ਇੱਕ ਹਲਕੇ 'ਚ 117 ਨੇ ਇੱਕ ਇੱਕ ਹਲਕੇ 'ਚ ਜਾ ਕੇ ਇਕੱਲੇ ਇਕੱਲੇ ਹਲਕੇ 'ਚ ਯੂਥ ਨੂੰ ਐਕਟੀਵੇਟ ਕਰਾਂਗੇ ਯੂਥ ਨੂੰ ਭਜਾਵਾਂਗੇ ਨਾਲ
ਔਰ ਯੂਥ ਹੀ ਇਹਨਾਂ ਨੂੰ ਬਾਕੀ ਜਿਹੜੇ ਦੂਜੇ ਜਿਹੜੀ ਆ ਠੱਗੀ ਠੋਰੀ ਫਰੈਂਡਲੀ ਮੈਚ ਵਾਲਾ ਟੋਲਾ ਹੈ ਜਿੰਨਾ ਵੀ ਹੈ ਇਹ ਸਾਰਿਆਂ ਨੂੰ ਅੱਗੇ ਲਾ ਲਾ ਭਜਾਓ ਤੇ ਬਾਕੀ ਬਹੁਤ ਸਾਰੀਆਂ ਗੱਲਾਂ ਨੇ ਆਪਾਂ ਵਨ ਟੂ ਵਨ ਤੁਸੀਂ ਕੋਈ ਸਵਾਲ ਕਰ ਸਕਦੇ ਕੋਈ ਸਵਾਲ ਜਵਾਬ ਕਿਸੇ ਦਾ ਕੋਈ ਹੋਵੇ ਤੇ ਜ਼ਰੂਰ ਅੱਛਾ ਇਧਰ ਮੰਨਦਾ ਵੇ ਤੇ ਨਹੀਂ ਨਹੀਂ ਆ ਦੇਖੋ ਆ ਆ ਦਿੱਲੀ ਦੀ ਹੈ ਆ ਬਾਈ ਦੀ ਹੈ ਪੰਜਾਬ ਦੀ ਜਿੱਦਾਂ ਮਾਨ ਸਾਹਿਬ ਨੇ ਨਾ ਅਸੀਂ ਥੋੜੇ ਦਿਨ ਪਹਿਲਾਂ ਮੈਂ ਸੰਗਰੂਰ ਦੇ ਵਿੱਚ ਜਦੋਂ ਪਹਿਲੀ ਇਲੈਕਸ਼ਨ ਲੜੀ ਚੋਣਾਂ 'ਚ ਤਾਂ ਮੈਨੂੰ ਐਂ ਫੋਟੋ ਖਿਚਾਉਣੀ ਪੈ ਗਈ ਪੋਸਟਰਾਂ 'ਤੇ ਉਹ ਸਪੀਚ ਦੇ ਵਿੱਚ ਸੰਗਰੂਰ ਵਾਲੀ ਦੇ ਵਿੱਚ ਕਿ ਜੇ ਮੈਨੂੰ 19 ਦੇ ਵਿੱਚ ਵੀ ਐਂ ਹੱਥ ਬੰਨਣੇ ਪੈ ਗਏ ਫਿਰ ਲੱਖ ਲਾਣਤ ਹੈ ਫਿਰ ਮੇਰੀ ਰਾਜਨੀਤੀ 'ਤੇ ਮੈਂ ਦੂਜੀ ਵਾਰ ਵੀ ਤੁਹਾਡੇ ਤੋਂ ਹੱਥ ਬੰਨ ਕੇ ਵੋਟਾਂ ਮੰਗੂੰਗਾ ਜੇ ਮੈਨੂੰ ਹੱਥ ਬੰਨਣੇ ਪੈ ਗਏ ਇਹਦਾ ਮਤਲਬ ਫਿਰ ਮੈਂ ਕੁਛ ਕੀਤਾ ਨਹੀਂ ਸੋ ਇਸ ਵਾਰ ਜਦੋਂ ਮੈਂ ਇਲੈਕਸ਼ਨ ਲੜੀ ਮੈਂ ਐਂ ਲੜੀ ਸੀ ਐਂ ਫੋਟੋ ਖਿਚਾਈ ਸੀ ਸੋ ਰਾ ਇਹ ਬਾਦਲ ਸਾਹਿਬ ਤਾਂ ਹਜੇ ਤੱਕ ਐਂ ਕਰੀ ਜਾਂਦਾ ਇੱਕ ਮੌਕਾ ਹੋਰ ਦੇ ਦਿਓ ਸੇਵਾ ਕਰਾਂਗੇ ਮੈਂ ਕਿਹਾ ਬਾਬਾ ਜੀ ਸੇਵਾ ਕਰਾਉਣ ਦਾ ਟਾਈਮ ਹੈ ਹੁਣ ਰਹਿਣ ਦਿਓ ਤੁਹਾਡੇ ਹਾਣ ਦੇ ਦਰਖਤ ਵੀ ਸੁੱਕ ਗਏ ਪੰਜਾਬ 'ਚ ਕਿਰਪਾ ਕਰਕੇ ਨਵੇਂ ਮੁੰਡਿਆਂ ਨੂੰ ਕੁਛ ਕਰ ਲੈਣ ਦਿਓ ਬਹੁਤ ਕਰ ਲਈ ਸੇਵਾ ਤੁਸੀਂ ਸੋ ਮੈਂ ਇਹੀ ਕਹਿਣਾ ਚਾਹੂੰਗਾ ਕਿ ਟ੍ਰੈਡੀਸ਼ਨਲ ਪੋਲੀਟਿਕਸ ਦਾ ਜ਼ਮਾਨਾ ਖਤਮ ਹੋ ਗਿਆ ਨਵੇਂ ਮੁੰਡੇ ਆ ਗਏ ਅਰਵਿੰਦ ਕੇਜਰੀਵਾਲ ਨੂੰ ਮੈਂ ਮੁੰਡਾ ਕਹੂੰਗਾ ਨਵਾਂ ਮੁੰਡਾ ਆ ਗਿਆ ਕਿਉਂਕਿ ਉਹਨੇ 15-15 ਸਾਲ 20-20 ਸਾਲ ਪੁਰਾਣੇ ਬੰਦੇ ਹਰਾ ਤੇ ਅਤੇ ਤੀਜੀ ਵਾਰ ਸਰਕਾਰ ਬਣ ਗਈ ਆਮ ਆਦਮੀ ਪਾਰਟੀ ਦੀ ਦਿੱਲੀ ਦੇ ਵਿੱਚ ਅਤੇ ਨਵੇਂ ਮੁੰਡਿਆਂ ਦਾ ਜ਼ਮਾਨਾ ਹੈ ਪਿੱਪਲ ਦੇ ਆ ਪੱਤੇ ਆਵੇ ਕਾਹਦੀ ਖੜ 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 ਲਾਈ ਹੈ ਪੱਤ ਝੜ ਗਏ ਪੁਰਾਣੇ ਜਨਾਬ ਰੁੱਤ ਨਵਿਆਂ ਦੀ ਕੋਈ ਸਵਾਲ ਹੋਵੇ ਦੇਖੋ ਨੈਸ਼ਨਲ ਪਾਰਟੀ ਹੈ ਪ੍ਰਭਾਰੀ ਦੇਖੋ ਬਣਦਾ ਉਹ ਸਿਰਫ ਸੁਪਰਵਾਈਜ਼ ਕਰਨਗੇ ਬਾਕੀ ਡਿਸੀਜ਼ਨ ਸਾਰੇ ਪੰਜਾਬ ਦੀ ਜਿਹੜੀ ਲੀਡਰਸ਼ਿਪ ਹੈ ਕੋਰ ਕਮੇਟੀ ਹੈ ਹੈ ਨਾ ਉਹ ਲਊਗੀ ਕਿਉਂਕਿ ਦੇਖੋ ਆਸ਼ਾ ਕੁਮਾਰੀ ਹੈ ਉਹ ਕਾਂਗਰਸ ਦੀ ਪ੍ਰਭਾਰੀ ਹੈ ਪਰ ਆਸ਼ਾ ਕੁਮਾਰੀ ਕੋਈ ਫੈਸਲਾ ਥੋੜ੍ਹੀ ਲੈਂਦੀ ਪਰ ਜਰਨੈਲ ਸਿੰਘ ਇੱਕ ਬਹੁਤ ਹੀ ਸਾਊ ਬਹੁਤ ਹੀ ਇੱਕ ਮਤਲਬ ਦੁਬਾਰਾ ਤੀਜੀ ਵਾਰ ਚੁਣੇ ਹੋਏ ਤਿਲਕ ਨਗਰ ਤੋਂ MLA ਨੇ 5 ਤਰੀਕ ਨੂੰ ਮੈਂ ਅੱਜ ਗੱਲ ਹੋਈ ਸਾਡੀ 5 ਤਰੀਕ ਨੂੰ ਦਰਬਾਰ ਸਾਹਿਬ ਮੱਥਾ ਟੇਕਾਂਗੇ ਮੈਂ ਕਿਉਂਕਿ ਪਾਰਲੀਮੈਂਟ ਸ਼ੁਰੂ ਹੋ ਰਹੀ ਹੈ ਕੱਲ੍ਹ ਤੋਂ ਮੈਂ ਹੁਣ ਦਿੱਲੀ ਜਾ ਰਿਹਾ ਆ ਇਸ ਤੋਂ ਬਾਅਦ ਅਤੇ ਬਜਟ ਸੈਸ਼ਨ ਸ਼ੁਰੂ ਹੋ ਰਿਹਾ ਕੱਲ੍ਹ ਤੋਂ ਅਤੇ 5 ਨੂੰ ਅਸੀਂ ਅੰਮ੍ਰਿਤਸਰ ਮੱਥਾ ਟੇਕਾਂਗੇ ਦਰਬਾਰ ਸਾਹਿਬ ਨਤਮਸਤਕ ਹੋਵਾਂਗੇ ਅਤੇ ਉਹ ਤੋਂ ਬਾਅਦ ਫਿਰ ਆਉਂਦੇ ਹੋਏ ਖਟਕੜ ਕਲਾਂ ਉੱਥੇ ਵੀ ਮੱਥਾ ਨਤਮਸਤਕ ਹੋਵਾਂਗੇ ਸ਼ਹੀਦਾਂ ਦੇ ਪਿੰਡ 'ਚ ਅਤੇ ਉਸ ਤੋਂ ਬਾਅਦ ਫਿਰ ਉਹ ਚੰਡੀਗੜ੍ਹ ਅਤੇ ਚੰਡੀਗੜ੍ਹ ਕੋਰ ਕਮੇਟੀ ਨਾਲ ਸਾਰੇ ਨਾਲ ਮੀਟਿੰਗ ਕਰਕੇ PC ਵੀ ਕਰਾਂਗੇ ਮੈਂ ਤਾਂ ਸਾਰੇ ਪੰਜਾਬ ਨੂੰ ਬੁਲਾਉਣ ਦਾ ਯਤਨ ਕਰੂੰਗਾ ਮੈਂ ਤਾਂ ਸਾਰੇ ਪੰਜਾਬ ਨੂੰ ਚਾਹੁੰਦਾ ਕਿ ਇਕੱਠੇ ਹੋ ਇਹ ਕਿਸੇ ਆਮ ਆਦਮੀ ਪਾਰਟੀ ਦੀ ਜਾਂ ਕੋਈ ਇਹ ਕੋਈ ਇਹੋ ਜਿਹੀ ਲੜਾਈ ਨਹੀਂ ਲੜਾਈ ਪੰਜਾਬ ਦੇ ਹਿੱਤਾਂ ਦੀ ਹੈ ਸਾਡੇ ਛੋਟੇ ਮੋਟੇ ਹਿੱਤ ਬਹੁਤ ਛੋਟੇ ਨੇ ਪੰਜਾਬ ਦੇ ਹਿੱਤ ਵੱਡੇ ਨੇ ਇਕੱਠੇ ਹੋ ਜਾਏ ਨੇ ਸਾਰੇ ਮੈਂ ਤਾਂ ਨਵਜੋਤ ਸਿੱਧੂ ਨੂੰ ਵੀ ਮੈਂ ਤਾਂ ਆਫਰ ਕੀਤਾ ਸੀ ਮੇਰੇ ਤਾਂ ਜੱਜ ਰਹੇ ਨੇ ਉਹ ਲਾਫਟਰ ਚੈਲੇਂਜ ਕਦੇ ਵੀ ਜਗਤਾਰ ਜੀ ਕੋਈ ਵੀ ਬੰਦਾ ਆਪਣੇ ਮਾਂ ਪਿਓ ਤੋਂ ਆਪਣੇ ਰੋਲ ਮਾਡਲਾਂ ਤੋਂ ਵੱਡਾ ਨਹੀਂ ਹੋ ਸਕਦਾ ਮਾਨ ਸਾਹਿਬ ਤੁਸੀਂ ਹੁਣੇ ਕਹਿ ਰਹੇ ਆ ਵੀ ਮੈਂ ਨਵਜੋਤ ਨੂੰ ਆਫਰ ਕੀਤਾ ਸੀ ਉਹ ਤੋਂ ਇੱਕ ਹਫ਼ਤਾ ਪਹਿਲਾਂ ਜਦੋਂ ਤੁਸੀਂ ਉੱਥੇ ਗੱਲਬਾਤ ਕੀਤੀ ਉਦੋਂ ਤੁਸੀਂ ਕਹਿੰਦੇ ਵੀ ਨਵਜੋਤ ਸਿੱਧੂ ਨਾਲ ਕੋਈ ਗੱਲਬਾਤ ਨਹੀਂ ਹੋਏਗੀ ਨਹੀਂ ਹਜੇ ਵੀ ਨਹੀਂ ਹੈਗੀ ਹੁਣ ਤੁਸੀਂ ਕਹਿ ਰਹੇ ਆਫਰ ਕੀਤੀ ਹੈ ਮੈਂ ਆਫਰ ਕੀਤੀ ਹੈ ਪਰ ਉਹਦੇ ਵੱਲੋਂ ਥੋੜ੍ਹੀ ਕੋਈ ਗੱਲ ਹੈ ਹਜੇ ਵੀ ਨਹੀਂ ਹੈਗੀ ਮੈਂ ਚਾਹੁੰਦਾ ਕਿ ਨਵਜੋਤ ਸਿੱਧੂ ਦੇਖੋ ਇਜ਼ ਅ ਡੈਮ ਓਨੈਸਟ ਪਰਸਨ ਕੋਈ ਉੱਥੇ ਦਾਗ ਨਹੀਂ ਕ੍ਰਿਕਟ ਦੇ ਵਿੱਚ ਵੀ ਮੈਂ ਤਾਂ ਉਹਦਾ ਫੈਨ ਜਦੋਂ ਨਵਜੋਤ ਸਿੰਘ ਸਿੱਧੂ ਸ਼੍ਰੀਕਾਂਤ ਨਾਲ ਓਪਨਿੰਗ ਕਰਨ ਆਉਂਦਾ ਸੀ ਜਦੋਂ ਉਹ ਆਊਟ ਹੋ ਜਾਂਦੇ ਸੀ ਮੈਂ TV ਬੰਦ ਕਰ ਦਿੰਦਾ ਸੀ ਚਲੋ ਆਪਣਾ ਬੰਦਾ ਤਾਂ ਆਊਟ ਹੋ ਗਿਆ ਹੁਣ ਛੱਡੋ ਪਰੇ ਕੀ ਮੈਚ ਦੇਖਾਂਗੇ ਹੁਣ
ਸੋ ਮੈਂ ਤਾਂ ਅੱਜ ਵੀ ਉਹਦਾ ਡੈਮ ਆਨੈਸਟ ਪਰਸਨ ਹਾਂ, ਮੈਂ ਅੱਜ ਵੀ ਉਹਦਾ ਫੈਨ ਹਾਂ, ਰਹੂੰਗਾ। ਅਤੇ ਜੇ ਨਵਜੋਤ ਜੀ ਸਾਡੇ ਪਾਰਟੀ ਦੇ ਵਿੱਚ ਆਉਂਦੇ ਨੇ ਤਾਂ ਸਭ ਤੋਂ ਪਹਿਲਾਂ ਮੈਂ ਵੈਲਕਮ ਕਰੂੰ। ਬੇਰੁਜ਼ਗਾਰੀ ਬਹੁਤ ਵੱਧ ਗਈ ਹੈ, ਬੇਰੁਜ਼ਗਾਰੀ ਵੱਧ ਗਈ ਬਹੁਤ ਜ਼ਿਆਦਾ, ਮਹਿੰਗਾਈ ਵੀ ਬਹੁਤ ਵੱਧ ਗਈ। ਪੁੱਛੋ ਕਿਸਾਨਾਂ ਦੀਆਂ ਖੁਦਕੁਸ਼ੀਆਂ ਬਹੁਤ ਜ਼ਿਆਦਾ ਵੱਧ ਗਈਆਂ, ਪਾਣੀ ਧਰਤੀ 'ਚ ਥੱਲੇ ਚਲਿਆ ਗਿਆ ਜੀ ਬਹੁਤ ਜ਼ਿਆਦਾ। ਤੁਸੀਂ ਸਵਾਲ ਉਹ ਪੁੱਛੋ ਜਿਹੜੇ ਪੰਜਾਬ ਨਾਲ ਰਿਲੇਟਡ ਨੇ। ਨਵਜੋਤ ਸਿੰਘ ਸਿੱਧੂ ਹਾਂਜੀ, ਆਹ ਫਲਾਨਾ ਖਹਿਰਾ, ਇਹ ਸਵਾਲ ਪੰਜਾਬ ਦੇ ਨਹੀਂ ਹੈਗੇ, ਪੰਜਾਬ ਦੇ ਸਵਾਲ ਨੇ ਕਿਸਾਨ ਖੁਦਕੁਸ਼ੀਆਂ ਕਰ ਰਿਹਾ, ਪਾਣੀ ਥੱਲੇ ਚਲਾ ਗਿਆ। ਅਤੇ ਮੈਂ ਜਦੋਂ ਐਂ ਕਿਹਾ ਨਾ ਮੈਂ ਪੱਤਰਕਾਰਾਂ ਨੂੰ ਤਾਂ ਮੈਨੂੰ ਕਹਿੰਦੇ ਜੀ, ਮੈਂ ਕਿਹਾ ਜੀ ਹੋਰ ਕੋਈ ਸਵਾਲ, ਉਹ ਕਹਿੰਦੇ ਵੀ ਆਪਨੇ ਹਮਾਰੇ ਸਵਾਲ ਕਾ ਜਵਾਬ ਨਹੀਂ ਦਿਆ। ਫਿਰ ਮੈਂ ਕਿਹਾ ਮੇਰੇ ਜਵਾਬੋ ਮੇ ਸੇ ਸਵਾਲ ਢੂੰਡੋ। ਮੈਂ ਕਹਿਤਾ, ਆਲਰੇਡੀ ਕਹਿਤਾ, ਦੇਖੋ ਨਵਜੋਤ ਸਿੱਧੂ, ਭਗਵੰਤ ਮਾਨ, ਸੁਖਪਾਲ ਖਹਿਰਾ ਪੰਜਾਬ ਦੇ ਮੁੱਦੇ ਨਹੀਂ ਹੈਗੇ। ਪੰਜਾਬ ਦੇ ਮੁੱਦੇ ਨੇ ਕਿਸਾਨ ਖੁਦਕੁਸ਼ੀ ਕਰ ਰਿਹਾ, ਆਈਲੈਟਸ ਕਰਕੇ ਬਾਹਰ ਭੱਜ ਰਿਹਾ ਸਾਡਾ ਯੂਥ, ਠੀਕ ਹੈ ਜੀ, ਅਤੇ ਵਪਾਰੀ ਜਿਹੜਾ ਉਹ ਵੀ ਖੁਦਕੁਸ਼ੀਆਂ ਕਰਨ ਲੱਗ ਗਿਆ ਵਪਾਰੀ ਵੀ ਹੁਣ, ਠੀਕ ਹੈ ਜੀ। ਸਾਡਾ ਵਪਾਰ, ਸਾਡੀ ਇਕਾਨਮੀ, ਇਹਦੇ ਬਾਰੇ ਪੁੱਛੋ ਨਾ, ਜਿਉਂ ਲੋਕ ਜੋ ਨਵਜੋਤ ਸਿੱਧੂ ਸੁਖਪਾਲ ਖਹਿਰਾ, ਫਿਰ ਮੈਂ ਤਾਂ ਆਹ ਜਵਾਬ ਦਿਆ ਕਰੂੰਗਾ ਹੁਣ ਜਦੋਂ ਮੈਨੂੰ। ਹਾਂ ਪੁੱਛੋ ਦੁਬਾਰਾ। ਚੱਲ ਫਿਰ 900 ਹੀ ਦਿਖਾ ਦੇਣਾ, ਚੱਲ 19,000 ਨਾ ਦਿਖਾਉਣ, 900 ਦਿਖਾ ਦੇਣਾ। ਅਰਵਿੰਦ ਕੇਜਰੀਵਾਲ ਜੀ ਨੇ ਇਹ ਕਹਿਤਾ ਕਿ ਪੰਜਾਬ ਦਾ ਸਭ ਤੋਂ ਵਧੀਆ ਸਕੂਲ ਦਿਖਾ ਦਿਓ ਤੇ ਸਾਡਾ ਸਭ ਤੋਂ ਮਾੜਾ ਦੇਖ ਲਓ, ਕਰੋ ਕੰਪੇਅਰ। ਮਨਪ੍ਰੀਤ ਬਾਦਲ ਜੀ, ਮੈਂ ਉਹਨਾਂ ਦੀ ਰਿਸਪੈਕਟ ਕਰਦਾ, ਜੇ ਉਹ ਕਿਤੇ ਨਾ ਰਿਵੋਲਟ ਕਰਦੇ, ਮਤਲਬ ਅਕਾਲੀ ਦਲ ਨੂੰ ਨਾ ਛੱਡਦੇ, ਸ਼ਾਇਦ ਮੈਂ ਰਾਜਨੀਤੀ 'ਚ ਨਾ ਆਉਂਦਾ, ਕਿਉਂਕਿ ਅਕਾਲੀ ਦਲ ਅਤੇ ਕਾਂਗਰਸ 'ਚ ਮੈਂ ਜਾ ਨਹੀਂ ਸਕਦਾ ਸੀ। ਜਦੋਂ ਉਹਨਾਂ ਨੇ ਕਿਹਾ ਕਿ ਜਿਹੜੇ ਪੰਜਾਬ ਦੇ ਹਿਤੈਸ਼ੀ ਨੇ ਉਹ ਮੇਰੇ ਨਾਲ ਆ ਜਾਣ, ਮੈਂ ਇਮੀਡੀਏਟਲੀ ਆਪਣਾ ਕਰੀਅਰ ਛੱਡ ਕੇ ਆ ਗਿਆ। ਉਹ ਚਲੋ ਉਹ ਵਾਪਸ ਚਲੇ ਗਏ ਇੱਧਰ ਕਾਂਗਰਸ ਵਗੈਰਾ 'ਚ, ਪਰ ਘੱਟੋ ਘੱਟ ਮੈਨੂੰ ਤਾਂ ਸ਼ੁਰੂ ਕਰ ਗਏ ਨਾ, ਤਾਂ ਮੈਂ ਉਹਨਾਂ ਦਾ ਥੈਂਕਸ ਵੀ ਕਰਦਾ। ਪਰ ਬਜਟ ਘੱਟ ਸੀ, ਉਰਦੂ ਦੇ ਸ਼ੇਅਰ ਜ਼ਿਆਦਾ ਸੀ, ਮਹਿਫਲੇ ਖਰੂਸੇ ਬਾਬੂਸੇ ਗਲੂਸ। ਦੇਖੋ ਗੱਲ ਇਹ ਪਤਾ ਕੀ, ਦੇਖੋ ਅੱਜ ਮੈਂ ਤੁਹਾਡਾ ਸਵਾਲ ਸਮਝ ਗਿਆ, ਮਤਲਬ ਪੰਜਾਬ ਦੇ ਵਿੱਚ ਸਰਕਾਰੀ ਸਕੂਲਾਂ ਦੇ ਵਿੱਚ ਟੀਚਰ ਹੈ ਨਹੀਂ, ਸਕੂਲ ਮਰਜ ਕਰ ਰਹੇ ਆ ਜਾਂ ਬੰਦ ਕਰ ਰਹੇ ਆ, ਪਰ ਸਰਕਾਰੀ ਸਕੂਲ ਦੇ ਮੂਹਰੇ ਜਿਹੜੀ ਟੈਂਕੀ ਆ ਪਾਣੀ ਦੀ, ਉਹਦੇ ਉੱਤੇ ਟੀਚਰ ਬੈਠੇ ਨੇ ਟੈਟ ਅਤੇ ਬੀਐਡ ਪਾਸ ਯੰਗ ਯੂਥ। ਜਾਂ ਤਾਂ ਹੋ ਗਏ ਨਾ ਕਿ ਵੀ ਇੰਨੀਆਂ ਭਰਤੀਆਂ ਹੋ ਗਈਆਂ ਕਿ ਜੀ ਜਦੋਂ ਇਹ ਰਿਟਾਇਰ ਹੋਣਗੇ ਉਦੋਂ ਤੁਹਾਨੂੰ ਮੌਕਾ ਮਿਲੂਗਾ, ਨਹੀਂ ਤਾਂ ਮਿਲਣਾ ਨਹੀਂ। ਸਰਕਾਰੀ ਸਕੂਲ ਟੀਚਰਾਂ ਵੱਲੋਂ ਖਾਲੀ ਪਏ ਨੇ ਅਤੇ ਟੈਟ ਪਾਸ, ਜਿਹੜਾ ਟੈਟ ਦਾ ਇਗਜ਼ਾਮ ਹੈ, IAS ਲੈਵਲ ਦਾ ਇਗਜ਼ਾਮ ਹੈ, ਬਹੁਤ ਔਖਾ ਇਗਜ਼ਾਮ ਹੈ, ਉਹਨੂੰ ਦੋ ਦੋ ਵਾਰੀ ਤਿੰਨ ਤਿੰਨ ਵਾਰੀ ਪਾਸ ਕਰੀ ਬੈਠੇ ਨੇ। ਸੋ ਦਿੱਲੀ ਦੇ ਵਿੱਚ ਸਰਕਾਰੀ ਟੀਚਰ ਜਿਹੜੇ ਨੇ ਉਹਨਾਂ ਨੂੰ ਆਕਸਫੋਰਡ ਯੂਨੀਵਰਸਿਟੀ ਲੰਡਨ, ਹੇਵਰਡ ਯੂਨੀਵਰਸਿਟੀ ਹਿਊਸਟਨ ਅਤੇ ਸਿੰਗਾਪੁਰ ਦੀਆਂ ਯੂਨੀਵਰਸਿਟੀਆਂ ਦੇ ਵਿੱਚ ਲਿਜਾ ਕੇ ਦਿੱਲੀ ਸਰਕਾਰ ਆਪਣੇ ਖਰਚੇ 'ਤੇ ਟੀਚਿੰਗ ਦੇ, ਪੜ੍ਹਾਉਣ ਦੇ ਨਵੇਂ ਨਵੇਂ ਤਰੀਕੇ ਸਿਖਾ ਕੇ ਲਿਆਉਂਦੀ ਹੈ, ਅਤੇ ਇੱਥੇ ਟੀਚਰਾਂ ਦੀ ਕੁੱਟ ਪੈਂਦੀ ਹੈ, ਕਦੇ ਕਦੇ ਪਟਿਆਲੇ ਕੁੱਟ 'ਤੇ, ਕਦੇ ਬਠਿੰਡੇ ਕੁੱਟ 'ਤੇ। ਕੀ ਬਦਲ ਗਿਆ ਜੀ? ਮੈਂ ਤਾਂ ਇੱਕ ਛੋਟੀ ਜਿਹੀ ਮੈਂ ਦੋ ਲਾਈਨਾਂ ਸੁਣਾਊਂਗਾ, ਕੁਛ ਨਹੀਂ ਬਦਲਿਆ। ਵਿਰੋਧ ਕਰਨ ਵਾਲੇ ਝੰਡੇ ਵੀ ਉਹੀ ਨੇ, ਪੁਲਿਸ ਵਾਲਿਆਂ ਦੇ ਡੰਡੇ ਵੀ ਉਹੀ ਨੇ, ਵਿਰੋਧ ਕਰਨ ਵਾਸਤੇ
ਲੈ ਕੇ ਵੀ ਉਹੀ ਝੰਡੇ ਕਾਲੇ ਜਾਣਾ ਪੈਂਦਾ ਹੈ। ਇੱਕੋ ਹੀ ਚੀਜ਼ ਬਦਲੀ ਹੈ ਪਿਛਲੇ 7-8 ਸਾਲਾਂ 'ਚ। ਪਹਿਲਾਂ ਕੁੱਟ ਖਾਣ ਵਾਸਤੇ ਬਠਿੰਡੇ ਜਾਂਦੇ ਸੀ, ਹੁਣ ਪਟਿਆਲੇ ਜਾਣਾ ਪੈਂਦਾ, ਸ਼ਹਿਰ ਬਦਲ ਗਿਆ ਬਸ। ਸੋ ਕੈਪਟਨ ਸਾਹਿਬ ਨੇ ਜੋ ਪੰਜਾਬ ਨਾਲ ਧੋਖਾ ਕੀਤਾ, ਬਾਹਰ ਹੀ ਨਹੀਂ ਨਿਕਲੇ, ਬਾਹਰ ਹੀ ਨਿਕਲੇ ਸਾਡੇ, ਹੁਣ ਤਾਂ 4 ਹੀ ਹੋ ਗਏ, ਬਾਹਰ ਹੀ ਨਿਕਲੇ। ਅੱਛਾ, ਫਿਰ DGP ਕੀ ਕਰ ਰਿਹਾ? DGP ਟਵੀਟ ਕਰ ਰਿਹਾ ਕਿ ਜਿਹੜੇ ਕਰਤਾਰਪੁਰ ਸਾਹਿਬ ਜਾਂਦੇ ਨੇ ਉਹ ਅੱਤਵਾਦੀ ਬਣ ਕੇ ਆ ਜਾਂਦੇ ਨੇ। ਮੈਂ ਵੀ ਗਿਆ ਸੀ, ਮੇਰੇ ਖਿਆਲ ਤੁਹਾਡੇ 'ਚੋਂ ਵੀ ਕਾਫੀ ਗਏ ਹੋਣਗੇ, ਮੈਂ ਵੀ ਗਿਆ ਸੀ। ਮੈਂ DGP ਸਾਹਿਬ ਨੂੰ ਫੋਨ ਕੀਤਾ, ਦਿਨਕਰ ਗੁਪਤਾ ਜੀ, ਮੈਂ ਕਿਹਾ ਜੀ ਮੇਰੇ 'ਤੇ ਵੀ ਕਰੋ ਅਤੇ ਤੁਹਾਡੀ ਸਾਰੀ ਕੈਬਨਿਟ ਗਈ ਸੀ, ਸਾਡੇ 'ਤੇ ਸਾਰਿਆਂ 'ਤੇ ਪਰਚੇ ਕਰੋ। ਅਸੀਂ 6 ਘੰਟਿਆਂ 'ਚ, ਲਗਭਗ 6 ਘੰਟੇ ਲੱਗਦੇ ਆ ਕਰਤਾਰਪੁਰ ਸਾਹਿਬ ਜਾ ਕੇ ਆਉਣ ਨੂੰ, ਅਸੀਂ 6 ਘੰਟਿਆਂ 'ਚ ਅੱਤਵਾਦੀ ਬਣ ਕੇ ਆ ਜਾਂਦੇ ਹਾਂ, ਤੁਸੀਂ ਕਹਿੰਦੇ ਹੋ, ਅਤੇ ਜਿਹੜੀ 6 ਸਾਲ ਤੋਂ ਘਰ ਰਹਿੰਦੀ ਹੈ ਉਹਦਾ ਸਟੇਟਸ ਦੱਸੋ ਕੀ ਹੈ, ਉਹਦਾ ਵੀਜ਼ਾ ਦੱਸੋ। ਜਦੋਂ ਮੇਰਾ ਵਿਆਹ ਹੋਇਆ ਸੀ ਤਾਂ ਮੇਰਾ ਸਰਵਾਲਾ ਪਾਕਿਸਤਾਨੀ ਸੀ, ਸ਼ੌਕਤ ਅਲੀ ਸਾਹਿਬ ਦਾ ਬੇਟਾ ਮੋਹਸਿਨ, ਉਹਦਾ ਨਾਮ ਮੋਹਸਿਨ। ਤਾਂ ਸਿਟੀ ਵਾਈਜ਼ ਵੀਜ਼ਾ ਮਿਲਦਾ ਪਾਕਿਸਤਾਨ ਦਾ, ਮੈਂ ਪਟਿਆਲੇ ਦਾ ਵੀਜ਼ਾ ਲੈ ਲਿਆ। ਮੈਨੂੰ ਇਹ ਪਤਾ ਲੱਗਿਆ ਬਾਅਦ 'ਚ ਵੀ ਤੁਸੀਂ ਲੁਧਿਆਣੇ ਲੈ ਕੇ ਜਾ ਸਕਦੇ, ਕਿਉਂਕਿ ਵਿਆਹ ਲੁਧਿਆਣੇ ਸੀ, ਮੈਂ ਪਟਿਆਲੇ ਰਹਿੰਦਾ ਸੀ ਉਦੋਂ। ਤਾਂ ਮੈਨੂੰ ਲੁਧਿਆਣੇ ਦਾ ਵੀਜ਼ਾ ਲੈਣਾ ਪਿਆ ਇੱਥੋਂ ਹੋਮ ਮਿਨਿਸਟਰੀ ਤੋਂ, ਫਿਰ ਉਹ ਕਹਿੰਦੇ ਚੰਡੀਗੜ੍ਹ ਦੇਖਣਾ, ਤਾਂ ਮੈਨੂੰ ਚੰਡੀਗੜ੍ਹ ਦਾ ਵੀਜ਼ਾ ਲੈਣਾ ਪਿਆ। ਫਿਰ ਉਹ ਕਹਿੰਦੇ ਦਿੱਲੀ ਜਾਣਾ, ਮੈਨੂੰ ਦਿੱਲੀ ਦਾ ਅਲੱਗ ਵੀਜ਼ਾ ਲੈਣਾ ਪਿਆ। ਸਿਟੀ ਵਾਈਜ਼ ਵੀਜ਼ਾ, ਮੈਨੂੰ ਕਿਰਪਾ ਕਰਕੇ ਕੈਪਟਨ ਸਾਹਿਬ ਇਹ ਕਲੀਅਰ ਕਰ ਦੇਣ ਕਿ ਜਿਹੜੀ ਅਨੁਸਾ ਆਲਮ ਹੈ ਉਹਦਾ ਵੀਜ਼ਾ ਕਿਹੜਾ ਹੈ? ਕਦੇ ਹਿਮਾਚਲ ਲੈ ਜਾਂਦੇ ਹੋ, ਕਦੇ ਦਿੱਲੀ ਲੈ ਜਾਂਦੇ ਹੋ, ਪਹਾੜੀਆਂ 'ਚ ਵੀ ਜਾਂਦੇ ਹੋ, ਇੱਧਰ ਮੈਦਾਨੀ ਇਲਾਕੇ ਤਾਂ ਜਾਂਦੇ ਨਹੀਂ ਖੜ ਇੱਧਰ। ਵੀਜ਼ੇ ਦਾ ਸਟੇਟਸ ਦੱਸੋ ਕਿਹੜਾ ਹੈ? ਮੈਂ ਕੱਲ ਨੂੰ ਪਾਰਲੀਮੈਂਟ 'ਚ ਸਵਾਲ ਪਾਉਣਾ ਹੈ ਕਿ ਇੱਕ ਪਾਸੇ ਤੁਸੀਂ ਕਹਿੰਦੇ ਹੋ ਕਿ ਪਾਕਿਸਤਾਨ ਤੋਂ 6 ਘੰਟਿਆਂ 'ਚ ਅਸੀਂ ਅੱਤਵਾਦੀ ਬਣ ਕੇ ਆ ਜਾਂਦੇ, ਇੱਕ ਪਾਸੇ 6 ਸਾਲ ਤੋਂ ਜਿਹੜੀ ਸਰਕਾਰੀ ਘਰ 'ਚ ਰਹਿ ਰਹੀ ਹੈ, SSP ਵੀ ਲਾ ਰਹੀ ਹੈ, ਇਹ ਵੀ ਸੁਣਿਆ ਜਾਂਦਾ ਕਿ ਅਫਸਰ ਉਹ ਬਦਲ ਰਹੀ ਹੈ, ਉਹ ਕੌਣ ਹੈ? ਹੂ ਇਜ਼ ਸ਼ੀ? ਮੈਂ ਪਰਸਨ ਨਹੀਂ ਕਹਿੰਦਾ, ਪਰਸਨ ਲਾਈਫ ਉਹਨਾਂ ਦੀ ਅਲੱਗ ਹੈ, ਠੀਕ ਹੈ, ਬਟ ਹੂ ਇਜ਼ ਸ਼ੀ? ਮੈਂ ਤਾਂ ਮਹਾਰਾਣੀ ਨੂੰ ਪੁੱਛੂੰਗਾ ਵੀ ਤੂੰ ਦੱਸ ਦੇ, ਤੈਨੂੰ ਤਾਂ ਪਤਾ ਹੋਣਾ ਹੈ, ਉਹ ਵੀ MP ਹੈ ਮੇਰੇ ਕੋਲ। ਸੋ ਅੱਜ ਆਮ ਆਦਮੀ ਪਾਰਟੀ ਦਾ ਜਿਹੜਾ ਪਰਿਵਾਰ ਹੈ ਉਹ 'ਚ ਵਾਧਾ ਹੋਇਆ, ਪਰਸੋਂ ਚੌਥੇ ਨੂੰ ਫਿਰ ਦੁਬਾਰੇ ਇੱਥੇ ਮਿਲਿਆ ਕਰਾਂਗੇ, ਅਸੀਂ ਮਿਲਿਆ ਕਰਾਂਗੇ ਹਫ਼ਤੇ 'ਚ 3-4 ਵਾਰੀ, ਨਾਲੇ ਤੁਹਾਨੂੰ ਕੰਮ ਮਿਲ ਜੂ, ਨਾਲੇ ਸਾਨੂੰ ਕੰਮ ਮਿਲ ਜੂ, ਠੀਕ ਹੈ। ਦੇਖੀਏ ਪਤਾ ਕਿਆ, ਮੈਂ ਹਿੰਦੀ ਮੇਂ ਜਵਾਬ, ਹਾਂ ਦੇਖੋ ਕੀ ਹੈ, ਕੈਪਟਨ ਸਾਹਿਬ ਨੇ ਗੁਟਕਾ ਸਾਹਿਬ ਦੀ ਸਹੁੰ ਖਾਧੀ ਕਿ ਮੈਂ 4 ਹਫ਼ਤਿਆਂ 'ਚ ਪੰਜਾਬ 'ਚੋਂ ਡਰੱਗ ਦਾ ਨੈਕਸਸ ਤੋੜ ਦੂੰਗਾ, ਠੀਕ ਹੈ ਜੀ, ਅਤੇ ਕਿੱਥੇ ਟੁੱਟਿਆ? ਹਰ ਰੋਜ਼ ਖਬਰਾਂ ਆਉਂਦੀਆਂ ਨੇ। ਸਾਡਾ ਜਿਹੜਾ ਯੂਥ ਹੈ ਜਾਂ ਤਾਂ ਆਈਲੈਟਸ ਕਰਕੇ ਬਾਹਰ ਜਾ ਰਿਹਾ, ਜਾਂ ਫਿਰ ਇੱਥੇ ਟੀਕਾ ਅੱਧਾ ਲੱਗਿਆ ਪਿਆ ਹੁੰਦਾ ਅਤੇ ਅੱਧਾ ਵਿੱਚ ਹੀ ਹੁੰਦਾ, ਅਤੇ ਮਾਂ ਕੋਲ ਭੁੱਬਾ ਮਾਰਦੀ ਹੁੰਦੀ ਹੈ। ਅਤੇ ਫਿਰ ਅਸੀਂ ਵਫ਼ਦ ਲੈ ਕੇ ਗਏ ਸੀਗੇ ਕੈਪਟਨ ਸਾਹਿਬ ਕੋਲ ਕਿ ਸਰ ਬਹੁਤ ਜ਼ਿਆਦਾ ਹੋ ਗਿਆ, ਅਤੇ ਕੈਪਟਨ ਸਾਹਿਬ ਪੁੱਛ ਰਹੇ ਨੇ ਇਹ ਕਿਹੜੀ ਡਰੱਗ ਹੈ ਬਈ? ਮੈਂ ਕਿਹਾ ਸਰ ਤੁਸੀਂ ਮੁੱਖ ਮੰਤਰੀ ਹੋ, ਸਰ ਜਦੋਂ ਟੀਕਾ ਜਿਹੜਾ ਲੱਗਿਆ ਪਿਆ, ਤੁਸੀਂ ਜਿਹੜਾ ਅੱਧਾ ਬਚਿਆ ਪਿਆ, ਤੁਸੀਂ ਪੁਲਿਸ ਨੂੰ ਕਹਿ ਕੇ ਉਹਨੂੰ ਲੈਬੋਰਟਰੀ 'ਚ ਭੇਜ ਦਿਓ, ਕਿਹੜੀ ਡਰੱਗ ਹੈ ਇਹ? ਹਾਥੀਆਂ ਨੂੰ ਬੇਹੋਸ਼ ਕਰਨ ਵਾਲੀ ਜਿਹੜੀ ਡਰੱਗ ਹੈ ਉਹ ਸਾਡੇ ਧੀਆਂ ਪੁੱਤ ਨਾੜਾਂ 'ਚ ਲਾ ਰਹੇ ਨੇ, ਹਾਥੀਆਂ ਨੂੰ ਬੇਹੋਸ਼ ਕਰਨ ਵਾਲੀ। ਸੋ ਜਦੋਂ ਓਵਰ ਹੋ ਜਾਂਦੀ ਆ ਕੀ ਕਰੀਏ, ਫਿਰ ਪੁਲਿਸ ਨਾਲ ਮਿਲੀ ਹੋਈ ਹੈ, ਮੁਨਸ਼ੀ ਫੜੇ ਜਾਂਦੇ ਨੇ, ਹੌਲਦਾਰ ਫੜੇ ਜਾਂਦੇ ਨੇ, ਇਹ ਕਿਵੇਂ ਹੋ ਸਕਦਾ ਕਿ ਪੁਲਿਸ ਤੋਂ ਜਾਣਕਾਰੀ ਤੋਂ ਬਿਨਾਂ ਡਰੱਗ ਵਿਕਦੀ ਹੋਵੇ? ਇਹ ਤਰਨ ਤਾਰਨ ਦਾ ਇਲਾਕਾ ਹੈ, ਇਹਨਾਂ ਦਾ ਸਭ ਤੋਂ ਵੱਧ ਇਫੈਕਟਡ ਏਰੀਆ, ਅਤੇ ਇਹ ਜ਼ਿਆਦਾ ਦੱਸ ਸਕਦੇ ਮੇਰੇ ਨਾਲੋਂ ਕਿ ਹਾਲਾਤ ਕੀ ਨੇ ਯੂਥ ਦੇ। ਸੋ ਬੰਗਾਲ ਦਾ ਯੂਥ, ਬੈਂਗਲੌਰ ਦਾ ਯੂਥ, ਉਹਨਾਂ ਨੂੰ ਤਾਂ ਬਿਲ ਗੇਟਸ ਲੈਣ ਔਰ ਆਉਂਦਾ, ਬਿਲ ਗੇਟਸ ਮਾਈਕਰੋਸਾਫਟ ਦਾ ਮਾਲਕ ਹੈ, ਉਹ ਮਤਲਬ ਉਹਨਾਂ ਨੂੰ
ਹਾਇਰ ਕਰਦਾ ਕਿ ਆ ਜਾਓ ਮੇਰੇ ਕੋਲ ਕੰਮ ਕਰ ਲਓ ਸਿਆਟਲ, ਸਿਆਟਲ ਤੋਂ ਸਿੱਧਾ ਜਹਾਜ਼ ਬੈਂਗਲੌਰ ਆਉਂਦਾ ਅਤੇ ਸਾਡੇ ਯੂਥ, ਸਾਡਾ ਯੂਥ ਜਦੋਂ ਬਾਹਰ ਜਾਂਦਾ ਤਾਂ ਉੱਥੋਂ ਦੀ ਪੁਲਿਸ ਜਿਹੜੀ ਹੈ ਉਹ ਹੱਥ ਖੜੀਆਂ ਲੈ ਕੇ ਆਉਂਦੀ ਹੈ, ਕਿਉਂਕਿ ਅਸੀਂ ਇਲੀਗਲ ਜਾਂਦੇ ਹਾਂ, ਅਸੀਂ ਤਾਂ ਭੱਜੀ ਜਾਂਦੇ ਹਾਂ ਇੱਥੋਂ, ਜਾਂ ਆਈਲੈਟਸ ਨੂੰ ਅਸੀਂ ਡਿਗਰੀ ਸਮਝ ਬੈਠੇ, ਜੋ ਅੰਗਰੇਜ਼ੀ ਦੀ ਇੱਕ ਛੋਟੀ ਜਿਹੀ ਛੋਟਾ ਜਿਹਾ ਟੈਸਟ ਹੈ, ਅਸੀਂ ਉਹਨੂੰ ਡਿਗਰੀ ਸਮਝ ਬੈਠੇ, ਆਈਲੈਟਸ ਕਰ ਲਾ 7 ਬੈਂਡ, ਹੁਣ ਤਾਂ ਮਤਲਬ ਤੁਸੀਂ ਮੈਟ੍ਰੀਮੋਨੀਅਲ ਪੜ੍ਹ ਲਓ ਪੰਜਾਬੀ ਦੇ ਅਖਬਾਰਾਂ ਦੇ, ਕੀ ਲਿਖਿਆ ਹੋਇਆ, 7 ਬੈਂਡ ਕੁੜੀ ਲਈ 8.5 ਬੈਂਡ ਮੁੰਡਾ ਚਾਹੀਦਾ ਹੈ। ਮੈਂ ਕਿਹਾ ਪਹਿਲਾਂ ਰੇਡੀਓ ਹੁੰਦੇ ਸੀ ਵੀ 1 ਬੈਂਡ 2 ਬੈਂਡ, ਹੁਣ ਮੁੰਡੇ ਕੁੜੀਆਂ ਵੀ ਬੈਂਡਾਂ ਦੇ ਹੋ ਗਏ। ਤਰਾਸ਼ਦੀ ਹੈ ਸਾਡੀ, ਪਰ ਕੋਈ ਗੱਲ ਨਹੀਂ, 2022 ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆ ਰਹੀ ਹੈ, ਅਸੀਂ ਉਸ ਯੂਥ ਨੂੰ ਵੀ ਵਾਪਸ ਲੈ ਕੇ ਆਵਾਂਗੇ ਕਿ ਆ ਜਾਓ ਆਪਾਂ ਆਪਣਾ ਘਰ ਠੀਕ ਕਰੀਏ, ਆਪਾਂ ਛੱਡ ਕੇ ਕਿਉਂ ਭੱਜਦੇ ਹਾਂ, ਬਾਬੇ ਨਾਨਕ ਦੀ ਧਰਤੀ, ਬਾਬੇ ਫਰੀਦ ਦੀ ਧਰਤੀ, ਸ਼ਹੀਦ ਭਗਤ ਸਿੰਘ ਦੀ ਧਰਤੀ ਛੱਡ ਕੇ ਕਿਉਂ ਭੱਜੀ ਜਾਂਦੇ ਹਾਂ, ਆ ਜਾਓ ਆਪਾਂ ਆਪਣੀ ਧਰਤੀ ਠੀਕ ਕਰਾਂਗੇ। ਮੇਰੇ 4 ਦੋਸਤ, ਮਤਲਬ ਇੱਕ ਵਾਰੀ ਨੀ, ਮਹੀਨੇ ਡੇਢ ਡੇਢ ਮਹੀਨੇ ਪੜ੍ਹਦੇ ਹੁੰਦੇ ਸੀ ਸਨਾਮ ਕਾਲਜ 'ਚ, 4 ਦੋਸਤ ਐਕਸੀਡੈਂਟਾਂ 'ਚ ਮਾਰੇ ਗਏ, ਅਵਾਰਾ ਢੱਠਾ ਆ ਗਿਆ ਜੀ ਮੋਟਰਸਾਈਕਲ ਮੂਹਰੇ, ਅਵਾਰਾ ਗਾਂ ਆ ਗਈ ਜੀ, ਗੱਡੀ ਜਾਨਾਂ ਜਾ ਰਹੀਆਂ ਨੇ, ਉਹਨਾਂ ਨੂੰ ਸੰਭਾਲਣ ਦਾ ਪ੍ਰਬੰਧ ਕਰ ਲਓ ਨਾ ਕੋਈ, ਫਿਰ ਕੋਈ ਇਸ ਤਰ੍ਹਾਂ ਦਾ ਪ੍ਰਬੰਧ ਤਾਂ ਕਰੋ ਨਾ, ਗਾਵਾਂ ਜਾਂ ਕੋਈ ਅਵਾਰਾ ਪਸ਼ੂਆਂ, ਅਵਾਰਾ ਕੁੱਤੇ ਬੱਚਿਆਂ ਨੂੰ ਨੋਚਦੇ ਨੇ ਰੋਜ਼, ਤੁਸੀਂ ਛਾਪ ਦਿਓ ਖ਼ਬਰਾਂ, ਉਹਨਾਂ ਵਾਸਤੇ ਕੋਈ ਪ੍ਰਬੰਧ ਕਰ ਦਿਓ। ਮੈਂ ਸੰਗਰੂਰ ਦਾ MP ਹਾਂ, ਮੈਂ ਜ਼ਮੀਨ ਦੇਣ ਨੂੰ ਤਿਆਰ ਹਾਂ, ਲਓ ਜੀ ਲਿਆਓ ਜੀ ਅਵਾਰਾ ਗਊਆਂ ਅਤੇ ਅਵਾਰਾ। ਮੇਰੇ ਕੋਲ ਇੱਕ ਟਰੱਸਟ ਆਇਆ, ਮੈਂ ਹਜੇ ਅੱਜ ਦੱਸਣਾ ਨਹੀਂ, ਉਹ ਕਹਿੰਦੇ ਵੀ 10 ਕਿੱਲਿਆਂ ਦੇ ਬਾਗਲ ਮਾਰ ਦਿਆਂਗੇ, ਬਾਗਲ ਕਹਿੰਦੇ ਆਪਣੇ ਇਲਾਕੇ 'ਚ, ਵੀ ਕੰਧ ਮਾਰ ਦਿਆਂਗੇ, ਲਿਆਓ ਜੀ ਅਵਾਰਾ ਕੁੱਤੇ ਜਾਂ ਜਿਹੜੇ ਗਾਵਾਂ ਜਾਂ ਟੱਠੇ, ਹੈ ਨਾ, ਵੀ ਲਿਆਓ ਜੀ ਇੱਥੇ, ਐਂ ਕਰਨਾ ਪਊਗਾ, ਜਾਂ ਤਾਂ ਐਂ ਕਰੇ ਫਿਰ ਗੌਰਮੈਂਟ, ਜਾਨਾਂ ਜਾ ਰਹੀਆਂ ਨੇ ਅਤੇ ਫਸਲਾਂ ਜਾ ਰਹੀਆਂ ਨੇ। ਮੈਂ ਪਿੰਡ ਗਿਆ, ਚਲੋ ਹੁਣ ਸਾਰੇ ਬੈਠੇ ਹਾਂ ਦੋਸਤੀ, ਜਦੋਂ ਮੈਂ ਨਵਾਂ ਜਿੱਤਿਆ 14 'ਚ ਤਾਂ ਮੈਂ ਪਿੰਡ ਗਿਆ, 7 'ਚ ਬਹਿ ਜਾਂਦਾ ਹੁੰਦਾ ਮੈਂ, ਕਿਉਂਕਿ ਜਿਹੜੀਆਂ ਅਸਲੀ ਗੱਲਾਂ ਨੇ ਉਹ 7 'ਚ ਹੁੰਦੀਆਂ ਨੇ, ਅਤੇ ਮੈਨੂੰ ਕਹਿੰਦੇ ਫਿਰ ਇਹਦਾ ਕਰ ਕੁਛ। ਮੈਂ ਕਿਹਨਾਂ ਦਾ? ਆ ਯਾਰ ਵਾਰਾ ਜਿਹੜੀਆਂ 200 ਦਾ ਝੁੰਡ ਫਿਰਦਾ, ਤੁਹਾਨੂੰ ਪਤਾ ਘੋੜਿਆਂ ਵਾਲੇ ਰੱਖਣੇ ਪੈ ਰਹੇ ਨੇ ਕਿਰਾਏ 'ਤੇ ਕਿ ਸਾਡੇ ਖੇਤ 'ਚ ਨਾ ਵੜ ਜਾਣ, ਫਾਇਰਿੰਗਾਂ ਹੋਣ ਲੱਗ ਗਈਆਂ ਇੱਕ ਦੂਜੇ ਵੀ ਸਾਡੇ ਖੇਤ 'ਚ ਕਿਉਂ ਵੜਦੇ, ਫਿਰ ਇਸ ਲੈਵਲ 'ਤੇ ਆ ਗਿਆ ਕੰਮ। ਅਤੇ ਕਹਿੰਦਾ ਕੁਛ ਕਰ, ਮੈਂ ਕਹਿੰਦਾ ਕੀ ਕਰੀਏ, ਕਹਿੰਦੇ ਮਿੰਦੂ ਦੱਸੂਗਾ, ਮਿੰਦੂ ਕਹਿੰਦਾ ਵੀ 100 ਰੁਪਈਆ ਪਰ ਗਾਂ ਸਰਕਾਰ ਵੱਲੋਂ ਕਰਾ ਦਿਓ, ਵੀ ਜਿਹਦੇ ਕੋਲ ਇੱਕ ਗਾਂ ਹੈ ਉਹਦੇ ਕੋਲ 100 ਰੁਪਈਆ ਉਹਨੂੰ ਪੈਨਸ਼ਨ ਦੇਵਾਂਗੇ, ਕਹਿੰਦਾ ਸਾਰੀਆਂ ਬੰਨ ਲਾਂਗੇ ਓਏ। ਮੈਂ ਕਿਹਾ ਯਾਰ ਮਿੰਦੂ ਐਂ ਹੋ ਨਹੀਂ ਸਕਦਾ, ਵੀ ਇੰਨੇ ਵਾਰਾ ਪਸ਼ੂ ਫਿਰਦੇ ਨੇ, ਗੌਰਮੈਂਟ ਕੋਲ ਇੰਨਾ ਬਜਟ ਥੋੜ੍ਹੀ ਹੈ ਵੀ ਇੰਨੇ ਪੈਸੇ ਦੇ ਦਿਓ। ਕਹਿੰਦਾ ਫਿਰ ਜੇ ਐਂ ਨਹੀਂ ਹੋ ਸਕਦਾ ਫਿਰ ਇੱਕ ਹੋਰ ਕੰਮ ਕਰਾ ਦੇ। ਮੈਂ ਕਿਹੜਾ, ਇਹ 2017 ਦੀਆਂ ਵੋਟਾਂ ਤੋਂ ਪਹਿਲਾਂ ਦੀ ਗੱਲ ਹੈ ਜਦੋਂ ਅਕਾਲੀ ਦਲ ਦੀ ਗੱਲ ਹੋਣੀ ਸੀ। ਕਹਿੰਦਾ ਫਿਰ ਐਂ ਕਰਦੇ ਹਾਂ, ਇਹਨਾਂ ਗਾਵਾਂ ਦੇ ਗਲ 'ਚ ਇੱਕ ਫੱਟੀ ਲਿਖ ਕੇ ਪਾ ਦਿਓ ਪੰਜਾਬੀ 'ਚ ਕਿ ਮੈਂ ਅਤੇ ਮੇਰਾ ਬੱਚਾ ਆਮ ਆਦਮੀ ਪਾਰਟੀ ਨਾਲ ਹਾਂ। ਕਹਿੰਦਾ ਅਕਾਲੀ ਦਲ ਵਾਲੇ ਯੂਪੀ ਛੱਡਿਆ ਹੁਣ ਕੋਈ ਰਾਤੋਂ ਰਾਤ ਚੱਕ ਕੇ ਹੋਏ, ਪਤਾ ਹੀ ਨਹੀਂ ਗਏ ਵੀ ਕਰਦੇ। ਧੰਨਵਾਦ।